फ्रंट लाइन ते जिहड़े योद्धा काम कर रहे ने उन्हां नूं होम्योपैथी दवाई फ्री दे विच वंडी गई है। तस्वीरां बठिंडा तो सामने आईयां ने जिथे कि होम्योपैथी दवाई पत्रकार भाईचारे नूं दित्ती गई है। सरकार दे वल्लों होम्योपैथी विभाग नूं लैटर जारी करदे होए कहा गया है कि वह आम लोगों नूं होम्योपैथी दवाई देण जिस नाल आम आदमी दी बीमारियां दे नाल लड़न दी शक्ति दे विच वाधा होवे। इसे दे चलदे ही होम्योपैथी विभाग दे वल्लों सैमीनार करके फ्रंट लाइन ते काम करन वाले लोगों नूं दवाई फ्री दे विच वंडी जा रही है। इसे दे चलदे ही बठिंडा दे प्रेस क्लब दे विखे बठिंडा सिविल हस्पताल होम्योपैथी विभाग दे वल्लों आई टीम ने सारे पत्रकार भाईचारे नूं ए दवाई वंडी। ਅੱਜ ਤੁਹਾਡੀ ਪ੍ਰੈਸ ਕਲੱਬ ਦੇ ਵਿੱਚ ਬਠਿੰਡਾ ਦੇ ਵਿੱਚ ਪਹੁੰਚੇ ਹਾਂ ਸਿਵਲ ਹਸਪਤਾਲ ਬਠਿੰਡਾ ਤੋਂ ਹੋਮਿਓਪੈਥੀ ਮੈਡੀਸਨ ਦੇਣ ਵਾਸਤੇ। ਇਹ ਮੈਡੀਸਨ ਜਿਹੜੀ ਹੈਗੀ ਹੈ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜੋ ਹੋਮਿਓਪੈਥੀ ਡਿਪਾਰਟਮੈਂਟ ਹੈ ਉਹਦੀਆਂ ਗਾਈਡਲਾਈਨ ਦੇ ਮੁਤਾਬਕ ਸੈਂਟਰ ਗੌਰਮੈਂਟ ਦੇ ਜਿਹੜੀ ਹੈ ਗਾਈਡਲਾਈਨ ਦੇ ਮੁਤਾਬਕ ਮਿਨਿਸਟਰੀ ਆਫ ਜੂਸ ਦੇ ਅੰਡਰ ਅਸੀਂ ਇਹ ਮੈਡੀਸਨ ਆਰ ਸੈਨ ਕੈਲਮ 30 ਜਿਹੜੀ ਹੈਗੀ ਹੈ ਇਹ ਕਰੋਨਾ ਦੇ ਵਿਰੁੱਧ ਲੜਨ ਵਾਸਤੇ ਜੋ ਦਵਾਈ ਹੈ ਜਿਹੜੀ ਅਸੀਂ ਇਮਿਊਨਿਟੀ ਬੂਸਟਰ ਦੇ ਤੌਰ 'ਤੇ ਦੇ ਰਹੇ ਹਾਂ ਤੁਹਾਡੀ ਜਿਹੜੀ ਬਿਮਾਰੀਆਂ ਲੜਦੀ ਸ਼ਕਤੀ ਹੈ ਉਹ ਕਾਇਮ ਰਹੇ ਇਸੇ ਕਰਕੇ ਇਹ ਜਿਹੜੀ ਦਵਾਈ ਹੈ ਤੁਹਾਨੂੰ ਦੇ ਰਹੇ ਹਾਂ ਅਸੀਂ। ਅੱਜ ਅਸੀਂ ਪ੍ਰੈਸ ਕਲੱਬ ਦੇ ਥਰੂ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਇਹ ਦਵਾਈ ਹੈ ਸਾਡੇ DHO ਨਾਲ ਮੇਰੇ ਬੈਠੇ ਨੇ ਡਾਕਟਰ ਗੁਰਜੀਤ ਸਿੰਘ ਇਹਨਾਂ ਦੀ ਰਹਿਨੁਮਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ ਇਹ ਜਿਹੜੀ ਮੈਡੀਸਨ ਹੈ ਪ੍ਰੋਵਾਈਡ ਕਰਾਈ ਹੈ ਜਿਵੇਂ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਜੱਸੀ ਪਾਵ ਵਾਲੀ ਉਹਨਾਂ ਦੇ ਡਰਾਈਵਰਾਂ ਨੂੰ ਅਤੇ PRTC ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਡਰਾਈਵਰਾਂ ਨੂੰ ਜਿਹੜੀ ਹੈਗੀ ਮੈਡੀਸਨ ਉਹਨਾਂ ਦੇ ਮੁਲਾਜ਼ਮਾਂ ਨੂੰ ਦਿੱਤੀ ਹੈ ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਨੇ ਜਿਵੇਂ ਸਾਡੇ ਕੋਈ ਨਿਊਟਰਲ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਸਾਡੇ ਵੀਰ ਅਤੇ ਜਿਹੜੇ ਸਾਡੇ ਸਿਹਤ ਕਰਮਚਾਰੀ ਹੈ ਅਸੀਂ ਸਾਰਿਆਂ ਨੂੰ ਇਹ ਮੈਡੀਸਨ ਜਿਹੜੀ ਅਵੇਲੇਬਲ ਕਰਾਈ ਹੈ। ਕੱਲ੍ਹ ਅਸੀਂ ਟਰੱਕ ਯੂਨੀਅਨ ਦੇ ਵਿੱਚ ਵੀ ਇਹ ਮੈਡੀਸਨ ਜਿਹੜੀ ਹੈਗੀ ਹੈ ਦੇ ਕੇ ਆਏ ਹਾਂ। ਇਸ ਮੈਡੀਸਨ ਦੇ ਲੈਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਰੀਰ ਦੇ ਉੱਪਰ। ਇਹ ਮੈਡੀਸਨ ਦੀ ਸਿਰਫ 3 ਡੋਜ਼ਾਂ ਲੈਣੀਆਂ ਨੇ, 4 ਗੋਲੀਆਂ ਰੋਜ਼ ਹਰ ਰੋਜ਼। ਇੱਕ ਵਿਅਕਤੀ ਨੇ 3 ਡੋਜ਼ਾਂ ਖੁਰਾਕਾਂ ਖਾਣੀਆਂ ਨੇ ਖਾਲੀ ਪੇਟ, ਤਾਂ ਇਸ ਦਵਾਈ ਲੈਣ ਦੇ ਨਾਲ ਉਹਦੀ ਜਿਹੜੀ ਇਮਿਊਨਿਟੀ ਪਾਵਰ ਹੈ ਉਹ ਵਧੇਗੀ, ਜਿਹਦੇ ਨਾਲ ਜਿਹੜੀ ਹੈਗੀ ਹੈ ਬਿਮਾਰੀਆਂ ਦੇ ਲੜਨ ਦੇ ਵਿਰੁੱਧ ਜਿਹੜੀ ਸ਼ਕਤੀ ਹੈ ਉਹ ਕਾਇਮ ਰਹੂਗੀ। ਹਾਂ, ਬੱਚੇ ਵੀ ਲੈ ਸਕਦੇ ਆ ਜਿਵੇਂ ਅਸੀਂ ਛੋਟੇ ਬੱਚੇ ਹੈ ਉਹਨਾਂ ਨੂੰ ਵੀ ਦੇ ਰਹੇ ਹਾਂ, ਜਿਵੇਂ ਮਤਲਬ 5 ਸਾਲ ਤੋਂ 10 ਸਾਲ ਤੋਂ ਅਗਲੇ ਦਾ ਬੱਚਾ ਹੈ ਉਹਨੂੰ ਅਸੀਂ ਗੋਲੀਆਂ ਦੀ ਡੋਜ਼ ਹੈ ਜਿਹੜੀ ਘੱਟ ਦੇ ਰਹੇ ਹਾਂ, 3 ਗੋਲੀਆਂ, 2 ਜਾਂ 3 ਗੋਲੀਆਂ ਦੇ ਰਹੇ ਹਾਂ। ਬਾਕੀ ਜਿਹੜੇ ਅਡਲਟ ਹੈ ਉਹਨਾਂ ਨੂੰ 4 ਗੋਲੀਆਂ, ਜੋ ਸਾਨੂੰ ਰਿਕਮੈਂਡਡ ਹੈ। ਇਹ ਲੈਟਰ ਸਾਡੇ ਕੋਲ ਹੈ ਜਿਹਦੇ ਮੁਤਾਬਕ ਅਸੀਂ ਇਹ ਸਾਰੀ ਮੈਡੀਸਨ ਜਿਹੜੀ ਦੇ ਰਹੇ ਹਾਂ। ਪੰਜਾਬ ਗੌਰਮੈਂਟ ਦਾ ਇਹ ਲੈਟਰ ਹੈ ਜਿਹਦੇ ਅੰਡਰ ਆ ਤੁਸੀਂ ਦੇਖੋਗੇ ਬਕਾਇਦਾ ਜਿਹੜਾ ਹੈਗਾ ਇਹ ਲੈਟਰ ਆਯੂਸ਼ ਡਿਪਾਰਟਮੈਂਟ ਦੇ ਵਿੱਚੋਂ ਜਿਹੜਾ ਹੈਗਾ ਪੰਜਾਬ ਗੌਰਮੈਂਟ ਦਾ ਲੈਟਰ ਆਇਆ ਹੈ ਜਿਹਦੇ ਮੁਤਾਬਕ ਅਸੀਂ ਡੋਜ਼ ਲਿਖੀ ਹੋਈ ਹੈ ਵੀ 3 ਦਿਨਾਂ ਲਈ ਇਹ ਡੋਜ਼ ਲੈਣੀ ਹੈ। ਔਰ ਇਹਦੇ ਵਿੱਚ ਬਕਾਇਦਾ ਤੌਰ 'ਤੇ ਮੈਨਸ਼ਨ ਕੀਤਾ ਹੋਇਆ ਹੈ, ਤੁਸੀਂ ਦੇਖੋਗੇ ਵੀ ਇਹ ਜਿਹੜੀ ਦਵਾਈ ਹੈ ਇਹ ਕੋਈ ਬੰਦਾ ਇਸ ਤਰ੍ਹਾਂ ਦੀ ਗਲਤ ਫਹਿਮੀ ਨਾ ਉਹਦੇ ਅੰਦਰ ਪਾਵੇ ਵੀ ਇਹ ਕਰੋਨਾ ਦੀ ਠੀਕ ਕਰਨ ਵਾਸਤੇ ਦਵਾਈ ਹੈ। ਇਹ ਕਰੋਨਾ ਨੂੰ ਠੀਕ ਕਰਨ ਵਾਸਤੇ ਕੋਈ ਦਵਾਈ ਨਹੀਂ ਹੈਗੀ, ਬਲਕਿ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਤੁਹਾਨੂੰ ਨਾ ਲੱਗਣ ਉਹਦੇ ਵਿਰੁੱਧ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ। ਇਹ ਦਵਾਈ ਲੈਣ ਵਾਲੇ ਵਿਅਕਤੀ ਦੀ ਸਿਹਤ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਹਰ ਇੱਕ ਵਿਅਕਤੀ ਇਸ ਦਵਾਈ ਦੇ ਲੈਣ ਦੇ ਨਾਲ ਸੁਰੱਖਿਅਤ ਰਹਿੰਦਾ। ਇਹ ਜਿਹੜੀ ਦਵਾਈ ਹੈ ਸਾਡੇ ਕੋਲ ਫ੍ਰੀ ਆਫ ਕੋਸਟ ਅਸੀਂ ਦੇ ਰਹੇ ਹਾਂ, ਕਿਉਂਕਿ ਇਸ ਤਰ੍ਹਾਂ ਦਾ ਕੋਈ ਚਾਰਜ ਨਹੀਂ ਹੈਗਾ। ਗੌਰਮੈਂਟ ਵੱਲੋਂ ਸਾਡੇ ਕੋਲ ਅਵੇਲੇਬਲ ਕਰਾਈ ਗਈ ਹੈ, ਤਾਂ ਜਿਸ ਨੂੰ ਵੀ ਇਹ ਦਵਾਈ ਚਾਹੀਦੀ ਹੈ ਤਾਂ ਸਾਡੇ OPD ਬਲਾਕ ਜੋ ਸਿਵਲ ਹਸਪਤਾਲ ਦਾ ਹੈ ਉਸ ਦੇ ਵਿੱਚ ਸਾਡੇ 205 ਨੰਬਰ ਰੂਮ ਅਤੇ 206 ਨੰਬਰ ਜੋ ਹੈ ਸੈਕਿੰਡ ਫਲੋਰ 'ਤੇ ਉੱਥੋਂ ਤੁਸੀਂ ਜਿਹੜੀ ਮੈਡੀਸਨ ਹੈ ਉਹ ਲੈ ਸਕਦੇ। ਇੱਕ ਗੱਲ ਹੋਰ ਹੈ ਕਿ ਇਹ ਦਵਾਈ ਜੇ ਕਿਸੇ ਨੇ ਹੋਸਪਿਟਲ 'ਚੋਂ ਨਹੀਂ ਲੈਣੀ ਕਿ ਬਾਜ਼ਾਰ ਦੇ ਵਿੱਚ ਵੀ ਹੈ? ਹਾਂ, ਇਸ ਦਵਾਈ ਦਾ ਜਿਹੜਾ ਨਾਮ ਹੈ ਉਹ ਆਰਸੈਨਿਕ ਐਲਬਮ 30। ਆਰਸੈਨਿਕ ਐਲਬਮ ਜੋ ਹੈ ਇਹ ਦਵਾਈ ਦਾ ਨਾਂ ਹੈ, 30 ਦੀ ਪਾਵਰ ਹੈ। ਇਹ ਦਵਾਈ ਜਿਹੜੀ ਹੈਗੀ ਹੈ ਪ੍ਰਾਈਵੇਟ ਤੌਰ 'ਤੇ ਵੀ ਤੁਸੀਂ ਆਪਣੇ ਲੈ ਸਕਦੇ ਹੋ, ਪਰ ਜਿਹੜੀ ਸਾਨੂੰ ਗਾਈਡਲਾਈਨ ਆਈਆਂ ਨੇ ਅਸੀਂ ਆਪਦੇ ਕੋਲੋਂ ਗੌਰਮੈਂਟ ਦੀ ਜਿਹੜੀ ਹੈਗੀ ਹੈ ਸਪਲਾਈ ਦੇ ਵਿੱਚੋਂ ਅਸੀਂ ਫ੍ਰੀ ਆਫ ਕੋਸਟ ਇਹ ਦਵਾਈ ਦੇਣੀ ਹੈ। ਜੇ ਬਾਜ਼ਾਰ ਤੋਂ ਲੈਣਾ ਜੀ ਕਿੰਨੀ ਕੁ ਕੀਮਤ ਹੈ ਇਹਦੀ? ਕੋਈ ਜ਼ਿਆਦਾ ਕੀਮਤ ਨਹੀਂ ਹੈ ਬਾਜ਼ਾਰ ਦੇ ਵਿੱਚੋਂ ਵੀ ਇਹਦੀ, ਜੋ ਹੈ ਸ਼ੀਸ਼ੀ ਮਤਲਬ 30 ਜੋ ML ਦੀ ਸ਼ੀਸ਼ੀ ਹੈ ਉਹ 70-75 ਰੁਪਈਆਂ ਦੀ ਜੋ ਸ਼ੀਸ਼ੀ ਹੈ ਮੇਰੇ ਖਿਆਲ ਦੇ ਵਿੱਚ ਉਹ ਅਲੱਗ ਅਲੱਗ ਕੰਪਨੀਆਂ ਦੇ 10-20 ਰੁਪਈਆਂ ਦਾ ਇੱਧਰ ਉੱਧਰ ਰੇਟ ਹੋਊਗਾ, ਇੱਥੋਂ ਤੱਕ ਰੇਟ ਹੈ। ਕੋਈ ਲਾਉਣ ਵਾਸਤੇ ਦਵਾਈ ਦਿੱਤੀ ਜਾਂਦੀ ਹੈ, ਇਹ ਸਾਡੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ 3 ਦਿਨ ਦਵਾਈ ਲੈਣੀ ਹੈ, ਸਵੇਰੇ ਖਾਲੀ ਪੇਟ। ਹਰ ਜਿਹੜਾ 1 ਸਾਲ ਤੋਂ 0 ਤੋਂ ਲੈ ਕੇ 5 ਸਾਲ ਦਾ ਬੱਚਾ ਉਹਨੂੰ 2 ਗੋਲੀਆਂ, ਜਿਹੜਾ 5 ਤੋਂ ਲੈ ਕੇ 10 ਸਾਲ ਉਹਨੂੰ 3 ਗੋਲੀਆਂ, ਬਾਕੀ ਜਿਹੜਾ 10 ਤੋਂ ਉੱਪਰ ਸਾਰਿਆਂ ਨੂੰ 4-4 ਗੋਲੀਆਂ 3 ਦਿਨ ਵਾਸਤੇ ਖਾਲੀ ਪੇਟ ਲੈਣਾ। ਇਸ ਦਵਾਈ ਦਾ ਕੀ ਰਹੇਗਾ? ਹਾਂਜੀ, ਕਿਉਂ ਲਿੱਤੀ ਜਾਏਗੀ? ਇਹ ਸਿਰਫ ਆਪਦਾ ਅਸੀਂ ਆਪਣਾ ਹੋਮਿਓਪੈਥੀ ਡਿਪਾਰਟਮੈਂਟ 'ਚ ਇਹਨੂੰ ਹੋਮਿਓਪੈਥੀ ਪ੍ਰਣਾਲੀ 'ਚ ਇਹਨੂੰ ਵੈਟਲ ਫੋਰਸ ਕਹਿੰਦੇ ਹਾਂ, ਇਹ ਵੈਟਲ ਫੋਰਸ ਨੂੰ ਆਪ ਰੱਖਦੀ ਹੈ ਤਾਂ ਕਿ ਹਰ ਕੋਈ ਪ੍ਰਕਾਰ ਦੀ ਬਿਮਾਰੀ ਇਹਨੂੰ ਨਾ ਲੱਗੇ।
ਕਰੋਨੇ ਨੂੰ ਦੇਖੀਏ ਹਾਂ ਇਹ ਬੜੀ ਰਿਸਰਚ ਹੋ ਕੇ ਦਵਾਈ ਆਈ ਹੈ ਇੱਥੇ ਆਯੂਸ਼ ਡਿਪਾਰਟਮੈਂਟ ਦੇ ਸਾਡੇ ਜਿਹੜੇ ਹੋਰ ਦਿੱਲੀ ਸਾਡੇ ਕਾਲਜ ਦੇ ਜਿਹੜੇ ਪ੍ਰੋਫੈਸਰ ਸੀ ਹੋਰ ਮੈਡੀਕਲ ਡਾਕਟਰ ਸੀਗੇ ਉਹਨਾਂ ਨੇ ਜਿਹੜੇ ਇਕਾਂਤਵਾਸ 'ਚ ਰਹਿੰਦੇ ਸੀ ਉਹਨਾਂ ਨੂੰ ਇਹ ਦਵਾਈਆਂ ਦੇ ਕੇ ਦੇਖੀਆਂ ਜਿਹੜੇ ਕਿ ਪੋਜ਼ਿਟਿਵ ਵਾਲਿਆਂ ਨੂੰ ਨਹੀਂ ਦੂਸਰਿਆਂ ਨੂੰ ਉਹ ਜਦੋਂ ਉਹਨਾਂ ਦੇ ਦੁਆਰਾ ਟੈਸਟ ਹੋਏ ਜਿਹੜਾ ਉਹ ਫੈਮਿਲੀ ਦੇ ਨਾਲ ਰਹਿੰਦੇ ਸੀ ਪੋਜ਼ਿਟਿਵ ਨਾਲ ਉਹਨਾਂ ਦੁਆਰਾ ਟੈਸਟ ਹੋਇਆ ਉਹਨਾਂ ਸਾਰਿਆਂ ਦਾ ਨੈਗੇਟਿਵ ਆਇਆ ਇਹ ਘੱਟੋ ਘੱਟ 6000 ਬੰਦੇ 'ਤੇ ਟੈਸਟ ਹੋ ਗਏ ਹੁਣ ਤੱਕ ਤੁਸੀਂ ਕਿਤੇ ਕੈਂਪ ਲਾਏ ਹੁਣ ਤੱਕ ਅਸੀਂ ਸਾਰਾ ਸਮਝ ਲਓ ਸਾਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹਰ ਜਗ੍ਹਾ ਜਾ ਰਹੇ ਘੱਟੋ ਘੱਟ ਅਸੀਂ 50-60 ਕੈਂਪ ਲਾ ਚੁੱਕੇ ਡਾਕਟਰ ਗੁਰਜੀਤ ਸਿੰਘ DHO ਪਿੰਡਾਂ ਬਠਿੰਡਾ ਤੋਂ ਅਵਤਾਰ ਸਿੰਘ ਕੈਂਪ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI